ਨਸ਼ਿਆਂ ਦੇ ਵਿੱਚ ਆਣ ਕੇ ਨਾ ਮੁੰਡਿਆਂ ਨਾਲ ਗੁਆਂਢੀ ਢਾਣੀ ਦੇ ਵਿੱਚ ਬਹਿ ਕੇ ਨਸ਼ੇ ਪੱਤੇ ਕਰਨ ਜਾ ਪਏ ਤੇ ਕਰਕੇ ਸਾਡੀ ਮੰਗੀ ਹੈ ਕਿ ਸਾਡੀਆਂ ਕੁੜੀਆਂ ਦਾ ਸਾਰਾ ਨਹੀਂ ਕੋਈ ਹੈਗਾ ਤੇ ਉਹ ਕੰਮ ਸਰਕਾਰ ਥੋੜ੍ਹੀ ਬਹੁਤੀ ਮਦਦ ਕਰਨੇ ਇਹਨਾਂ ਵਾਸਤੇ ਰੋਟੀ ਪਾਣੀ ਦਾ ਤੇ ਉਹੀ ਖਰਚਾ ਕੱਢਦੇ ਸੀ ਤੇ ਜੇ ਇਹਨਾਂ ਦੀ ਮੰਗ ਹੋ ਸਕੀ ਤੇ ਇਹਨਾਂ ਦਾ ਕੋਈ ਰੋਟੀ ਪਾਣੀ ਦਾ ਖਰਚਾ ਚੱਲਦਾ ਨਹੀਂ ਦੇਣਾ ਕੀ ਕਿਸ ਤਰ੍ਹਾਂ ਕਰਦੇ ਮੌਤ ਕਿਸ ਤਰ੍ਹਾਂ ਹੋਈ ਉਹਦੀ ਮੌਤ ਉਹਦੀ ਏਦਾਂ ਹੀ ਹੋਈ ਨਸ਼ੇ ਪੱਤਿਆਂ ਦੇ ਨਾਲ ਪਹਿਲਾਂ ਤਾਂ ਨਹੀਂ ਖਾਂਦਾ 18 ਸਾਲਾਂ ਦੀ ਉਮਰੀ ਉਹ ਜਦੋਂ ਉੱਥੋਂ ਆਇਆ ਆਪਣੀ ਭੂਆ ਕੋਲੋਂ ਆਇਆ ਵਾ ਤੇ ਆਉਂਦਿਆਂ ਕਿਤੇ ਮੁੰਡਿਆਂ ਦੀ ਢਾਣੀ ਵਿੱਚ ਬਹਿ ਗਿਆ ਵਾ ਤੇ ਉਹਨਾਂ ਨੇ ਨਸ਼ਾ ਪੱਤਾ ਕੋਈ ਪਤਾ ਨਹੀਂ ਢਾਣੀ ਦੇ ਵਿੱਚ ਬੈਠਾ ਟੀਕਾ ਟਾਕਾ ਲਾ ਲਿਆ ਵਾ ਕਿ ਜਾ ਕੇ ਇਹਨੇ ਲਾ ਦਿੱਤਾ ਵਾ ਤੇ ਇਹ ਕਰਕੇ ਨਸ਼ਿਆਂ ਦੇ ਵਿੱਚ ਗਲਤ ਕੰਮ ਦੇ ਵਿੱਚ ਪੈਣੇ ਕਰਕੇ ਉਹਨਾਂ ਦੀ ਮੌਤ ਹੋ ਗਈ ਆ। ਹਾਂਜੀ ਵੀਰ ਜੀ, ਮੇਰੇ ਦੇਰ ਦਾ ਮੁੰਡਾ ਵਾ ਤੇ ਦੇਰ ਮੇਰੇ ਦੀ ਵੀ ਡੈਥ ਹੋ ਗਈ, ਦਰਾਣੀ ਦੀ ਵੀ ਹੋ ਗਈ ਸੀਗੀ। ਤੇ ਇਹ 18 ਸਾਲ ਦੀ ਉਮਰ ਸੀ, ਪਹਿਲਾਂ ਕੋਈ ਨਸ਼ਾ ਨਹੀਂ ਸੀ ਕਰਦਾ ਤੇ ਲੁਧਿਆਣੇ ਕੰਮ ਤੇ ਲੱਗਾ ਸੀਗਾ। ਉੱਥੋਂ ਕੰਮ ਤੋਂ ਆਉਣ ਦਿਆ ਵਾ, ਭੂਆ ਦੇ ਕੋਲ ਆਇਆ ਵਾ ਤੇ ਆਂਦਾ ਕਿ ਮੈਂ ਚੱਲਿਆ ਵਾ। ਭੂਆ ਨੇ ਫੋਨ ਕੀਤਾ ਸਾਨੂੰ ਵੀ ਸ਼ੇਰਾ ਆਉਣ ਦਿਆ ਵਾ, ਅਸੀਂ ਕਿਹਾ ਕਿ ਸ਼ੇਰਾ ਅਜੇ ਤੱਕ ਘਰ ਨਹੀਂ ਆਇਆ। ਅਸੀਂ ਇਹਨੂੰ ਬਹੁਤ ਜ਼ਿਆਦਾ ਹੀ ਫੋਨ ਲਾਏ ਆ ਸਾਰੇ ਪਰਿਵਾਰ ਨੇ, ਪਰ ਮੁੰਡੇ ਨੇ ਫੋਨ ਨਹੀਂ ਚੁੱਕਿਆ। ਜੇ ਮੁੰਡਾ ਹੁੰਦਾ ਤੇ ਫੋਨ ਸਾਡਾ ਚੁੱਕਦਾ, ਤੇ ਜਦੋਂ ਇਸ ਤਰ੍ਹਾਂ ਫਿਰ ਸਾਨੂੰ ਪਤਾ ਲੱਗਾ ਵਾ ਫੋਨ ਆਇਆ ਵਾ ਤੇ ਸਾਡੇ ਚਾਚੇ ਸਹੁਰੇ ਦਾ ਮੁੰਡਾ ਵਾ ਤੇ ਉਹ ਚਲਿਆ ਗਿਆ ਵਾ ਲੈਣ। ਸਾਨੂੰ ਉਦੋਂ ਪਤਾ ਲੱਗਾ ਵੀ ਜਦੋਂ ਘਰ ਲਿਆਂਦਾ ਉਹ, ਬਾਅਦ ਚ ਅਸੀਂ ਮਾਂ ਵੇਖੀ ਤੇ ਬਾਅਦ ਵਿੱਚ ਟੀਕਾ ਲਾਇਆ ਕਿਸੇ ਨੇ। ਪਹਿਲਾਂ ਕੋਈ ਨਸ਼ਾ ਕਰਦਾ? ਪਹਿਲਾਂ ਸ਼ਰਾਬ ਦਾ, ਬਸ ਨਸ਼ਾ ਹੀ ਸ਼ਰਾਬ ਪੀਂਦਾ ਹੀ ਤੇ ਫੂਲੇ ਬਗੀ ਲਾਉਂਦਾ ਸੀਗਾ। ਇਹ ਕੰਮ ਕਦੇ ਨਹੀਂ ਉਹਨੇ ਕੀਤਾ। ਹੁਣ ਬਸ ਦੋ ਭੈਣਾਂ ਰਹਿ ਗਈਆਂ ਇਹਨਾਂ ਵਾਸਤੇ ਕੋਈ ਰੋਟੀ ਪਾਣੀ ਦਾ, ਚਲੋ ਕੀ ਸਰਕਾਰ ਜੇ ਕੋਈ ਕਰਦੇ ਤੇ ਇਹਨਾਂ ਦਾ, ਚਲੋ ਦਾਦੀ ਹੈਗੀ ਨਾਲ ਤੇ ਇਹਨਾਂ ਮੰਗੇ ਹੋਈ ਆ ਵੀ ਚਲੋ ਇਹਨਾਂ ਨੂੰ ਕੋਈ ਸਹਾਇਤਾ ਦਿੱਤੀ ਜਾਵੇ ਸਰਕਾਰ ਵੱਲੋਂ।